ਅਸਲਾਮੁਅਲੈਕੁਮ ਪੰਜਾਬੀਓ ਸਵੇਰ ਦਾ ਸਲਾਮ ਅੱਛਾ ਕੁਝ ਲੋਕ ਕਹਿੰਦੇ ਨੇ ਜੀ ਕਿ ਤੁਸੀਂ ਮਤਲਬ ਸਿੱਧੂ ਮੂਸੇਵਾਲੇ ਨੂੰ ਬੜਾ ਤੁਸੀਂ ਹੁੰਦੇ ਜੇ ਬੜਾ ਉਹਨੂੰ ਕਰਦੇ ਜੇ ਐਸਾ ਵੀ ਕੀ ਸੀ ਉਹ ਬੰਦਾ ਬੜੇ ਬੜੇ ਵੱਡੇ ਸਿੰਗਰ ਹੋਣਗੇ ਉਹਦੇ ਤੋਂ ਅ ਜੀ ਅਸੀਂ ਮੰਨਦੇ ਹਾਂ ਕਿ ਸਿੱਧੂ ਮੂਸੇਵਾਲੇ ਤੇ ਬੜੇ ਬੜੇ ਵੱਡੇ ਸਿੰਗਰ ਪੰਜਾਬ 'ਚ ਹੈਗੇ ਨੇ ਅਸੀਂ ਕੋਈ ਉਹਦੀ ਗੀਤਕਾਰੀ ਤੋਂ ਸ਼ਾਇਦ ਇੰਨੇ ਜ਼ਿਆਦਾ ਨਾ متاثر ਹੋਏ ਜਿੰਨੀ ਅਸੀਂ ਉਹਦੀ ਸ਼ਖਸੀਅਤੋਂ متاثر ਸਾਂ ਸਿੱਧੂ ਮੂਸੇ ਵਾਲਾ ਉਹ ਮੋਸਨਾ ਸਾਡੇ ਲੈਂਦੇ ਪੰਜਾਬ ਦਾ ਪਾਕਿਸਤਾਨੀ ਪੰਜਾਬ ਦਾ ਜਿਹਦੀ ਵਜ੍ਹਾ ਸਾਡੀ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਮਾਂ ਬੋਲੀ ਸੀ ਉਹ ਭੋਂ ਤ ਉੱਠ ਕੇ ਤੇ ਅੰਬਰਾ ਤਾਂ ਹੀ ਚਲੀ ਗਈ ਠੀਕ ਹੋ ਗਿਆ ਜੀ ਆ ਸਾਡੇ ਪਾਕਿਸਤਾਨੀ ਪੰਜਾਬ 'ਚ ਲੋਕ ਬਹੁਤ ਜ਼ਿਆਦਾ ਪੰਜਾਬੀ ਬੋਲਣੇ ਵੀ ਹਟ ਗਏ ਸੀ ਬਲਕਿ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਦੇ ਸੀ ਖਾਸ ਤੋ ਸਾਡਾ ਜਿਹੜੇ 엘ੀਟ ਕਲਾਸ ਆ ਮੰਮੀ ਰੜੀ ਤੱਕ ਆਪਾਂ ਕਹਿ ਲੈਂਦੇ ਆ ਜਾਂ ਸੋ ਕਾਲਡ ਮਾਡਰਨ ਲੋਕ ਜਾਂ ਨੋ ਦੋਲਦੀਏ ਜਾਂ ਫਿਰ ਜਿੰਨਾ ਅੰਗਰੇਜ਼ਾਂ ਦੀ ਗੁਲਾਮੀਆਂ ਕਰ ਕਰਕੇ ਮਰਬੇ ਦੇ ਮਰਬੇ ਜ਼ਮੀਨਾਂ ਸਾਂਭੇ ਨੇ ਉਹਨਾਂ ਦੇ ਬਾਲ ਬੱਚੇ ਪੰਜਾਬੀ ਬੋਲਣ ਤੇ ਸ਼ਰਮ ਮਹਿਸੂਸ ਕਰਦੇ ਸੀ ਠੀਕ ਹੋ ਗਿਆ ਜੀ ਸੋ ਸਿੱਧੂ ਮੂਸੇਵਾਲੇ ਨੇ ਜਨਾਬ ਉਹ ਮੰਮੀ ਦਾੜੀ ਤਬਕਾ ਸਾਰਾ ਅੱਜ ਲਾ ਕੇ ਪੰਜਾਬੀ ਬੋਲਣ ਤੇ ਸ਼ਰਮ ਮਹਿਸੂਸ ਕਰਤਾ ਜੀ ਪੰਜਾਬੀ ਨਾ ਸਿਰਫ ਬੋਲਣ ਤੇ ਲਾਤਾ ਬਲਕਿ ਉਹਨਾਂ ਪੰਜਾਬੀ ਪ੍ਰਮੋਟ ਵੀ ਕਰ ਲਿਆ ਪਿਆ ਹੁਣ ਤੁਸੀਂ ਵੇਖ ਲਓ ਵੀ ਆਪਣਾ ਟਿਕਟੋਕ ਦੇ ਉੱਤੇ ਜਿੰਨਾ ਵੀ ਆ ਮੰਮੀ ਦਾੜੀ ਲੋਕ ਨੇ ਇਹ ਸਾਰੇ ਹੀ ਬਲਕਿ ਆਮ ਲੋਕ ਵੀ ਸਾਰੇ ਲਾ ਕੇ ਪੰਜਾਬੀ ਗੀਤਾਂ થી ਟਿਕਟੋਕ ਬਣਾਉਣ ਦੇ ਲਈ ਨਾ ਬਲਕਿ ਪੰਜਾਬੀ ਬੋਲਦੇ ਵੀ ਨੇ ਸੋ ਸਾਡਿਆ ਤੇ ਜਿਹੜੀ ਪੰਜਾਬੀ ਲਹਿਰ ਆ ਸਾਡੀ ਇਹ ਪੰਜਾਬੀ ਤਹਿਰੀਕਾਂ ਨੇ ਉਹਨਾਂ ਦਾ ਅੱਧਾ ਕੰਮ ਤੇ ਸਿੱਧੂ ਮੂਸੇਵਾਲਾ ਕਰ ਗਿਆ ਹੁਣ ਅੱਧਾ ਅਸੀਂ ਕਰਨਾ ਕਿ ਸਰਕਾਰਾਂ ਅੱਗੇ ਮੰਗਾ ਕਰ ਕਰਕੇ ਆਪ ਦੀ ਪਾਵਰ ਸ਼ੋ ਕਰਾ ਕੇ ਤੇ ਪੰਜਾਬ ਵਿੱਚ ਪੰਜਾਬੀ ਸਰਕਾਰੀ ਤੌਰ ਤੇ نافذ ਕਰਾਣੀ ਹੈ ਪਹਿਲੀ ਜਮਾਤ ਤੋਂ ਲੈ ਕੇ ਤੇ ਬੀਏ ਤੱਕ ਪੰਜਾਬੀ ਬਤੌਰ ਲਾਜ਼ਮੀ ਮਜ਼ਮੂਨਾਫਜ਼ ਕਰਾਣੀ ਹੈ ਪੰਜਾਬ ਅਸੈਂਬਲੀ 'ਚ ਪੰਜਾਬੀ ਕਰਾਉਣੀ ਹੈ ਫਿਰ ਸਕੂਲਾਂ ਕਾਲਜਾਂ ਪੰਜਾਬੀ ਕਰਾਉਣੀ ਹੈ ਜਿੱਦਾਂ ਕਿ ਦੂਜੇ ਸੂਬਿਆਂ 'ਚ ਉਹਨਾਂ ਦੀ ਮادری ਜ਼ਬਾਨਾ ਉਹਨਾਂ ਦੀ ਮਾਂ ਬੋਲੀ ਦੀ ਪਰਮਿਸ਼ਨ ਇਜਾਜ਼ਤ ਹੈ ਜਿੱਦਾਂ ਕਿ ਸਿੰਧ ਵਿੱਚ ਸਿੰਧੀ ਬੋਲਣ ਇਜਾਜ਼ਤ ਆ ਸਰਕਾਰੀ ਤੌਰ ਤੇ ਸਿੰਧ ਦੇ ਸਕੂਲਾਂ ਕਾਲਜਾਂ ਤੇ ਪਹਿਲੀ ਕਲਾਸ ਤੋਂ ਬੀਏ ਤੱਕ ਸਿੰਧੀ ਮਜ਼ਮੂਨ ਬਤੌਰ ਲਾਜ਼ਮੀ ਮਜ਼ਮੂਨ ਹਾਜ਼ਰ ਆ ਸਿੰਧ 'ਚ شناਸਕੀ ਕਾਰਡ ਵੀ ਸਿੰਧੀ ਜ਼ਬਾਨ 'ਚ ਛਪਦੇ ਨੇ ਅਸ਼ਟਾਮ ਪੇਪਰ ਸਿੰਧੀ ਚ ਇਲੈਕਸ਼ਨ ਤੇ ਵਰਕਰ ਸਿੰਧੀ ਚ ਸਿੰਧੀ ਸੈਂਬਲੀ ਸਿੰਧੀ ਬੋਲਣ ਇਜਾਜ਼ਤ ਆ ਕੇ ਪੀਜੇ ਪਸ਼ਤੋ ਜਨਾਬ ਲਾਜ਼ਮੀ ਮਜ਼ਮੂਨ ਦੇ ਤੌਰ ਤੇ ਪੜਾਈ ਜਾਰੀ ਬਲੋਚਸਣ ਦੇ ਬਲੋਚੀ ਪੜਾਈ ਜਾ ਰਹੀ ਫਿਰ ਪੰਜਾਬ 'ਚ ਪੰਜਾਬੀ ਕਿਉਂ ਪੜਾਈ ਜਾਂਦੀ ਕਿਉਂਕਿ ਪਿਲੇ ਤਿੰਨ ਸਾਲਾਂ ਤੋਂ ਸਾਡੇ ਲਿੰਦੇ ਪੰਜਾਬੀਆਂ ਦੀ ਅ ਤਰਬੀਅਤ ਇਹਦਾ ਕੀਤੀ ਚੰਦ ਦੱਸਿਆ ਗਿਆ ਵੀ ਪੰਜਾਬੀ ਸਿੱਖਾਂ ਦੀ ਜ਼ਬਾਨ ਆ ਇਹਦਾ ਤੁਸੀਂ ਬੋਲਿਓ ਇਹ ਦੁਸ਼ਮਣ ਆ ਫਲਾਨੇ ਟਮਕਾਨੇ ਹਾਲਾਂਕਿ ਅਸੀਂ ਪੰਜਾਬੀ ਇੱਕ ਕੌਮ ਆ ਚਾਹੇ ਸਿੱਖਾਂ ਚਾਹੇ ਹਿੰਦੂਆਂ ਚਾਹੇ ਮੁਸਲਮਾਨਾਂ ਚਾਹੇ ਕ੍ਰਿਸਚੀਅਨ ਅਸੀਂ ਪੰਜਾਬੀ ਕੌਮ ਆ ਅਸੀਂ ਉਸ ਖਿੱਤੇ ਦੇ ਵਾਸੀ ਆ ਜਿਹੜਾ ਖਿੱਤਾ ਦਿੱਲੀ ਤੋਂ ਲੈ ਕੇ ਤੇ ਰਾਜਨਪੁਰ ਤੱਕ ਜਾਂਦਾ ਹੈ ਠੀਕ ਆ ਅਸੀਂ ਉਸ ਖਿੱਤੇ ਦੇ ਵਾਸੀ ਆ ਔਰ ਉਸ ਖਿੱਤੇ ਉਸ ਧਰਤੀ ਜਿਹੜਾ ਬੰਦਾ ਰਹਿੰਦਾ ਉਹ ਸਾਡਾ ਪੰਜਾਬੀ ਭਰਾ ਵਾ ਜਿਹੜਾ ਇੱਥੋਂ ਦਾ ਵਸਨੀਕ ਆ ਬਾਹਰ ਵਾਲੇ ਹਮ ਬਾਹਰ ਦੇ ਲੋਕ ਨਹੀਂ ਉਏ ਫਰਾਨਸ ਤੋਂ ਉੱਠ ਕੇ ਆ ਗਿਆ ਕੋਈ ਕਿੱਥੋਂ ਉੱਠ ਕੇ ਆ ਗਿਆ ਉਹਨਾਂ ਨੂੰ ਹੀ ਨਹੀਂ ਮੰਨਦੇ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕਲ ਨੇ ਜਿਹੜੇ ਮੁਕਾਮੀ ਨੇ ਠੀਕ ਆ ਸੋ ਗਲਤ ਚੀਜ਼ਾਂ ਫੜਾਈਆਂ ਗਿਆ ਸਾਨੂੰ ਗਲਤ ਦੱਸਿਆ ਗਿਆ ਸੋ ਪੰਜਾਬੀ ਸਾਡੀ ਕੌਮੀ ਜ਼ਬਾਨ ਵੀ ਸਾਡੀ ਮਾਂ ਬੋਲੀ ਹਾਂ ਉਰਦੂ ਸਾਡੀ ਸਰਕਾਰੀ ਜ਼ਬਾਨ ਅਸੀਂ ਉਰਦੂ ਦੀ ਇੱਜ਼ਤ ਕਰਦੇ ਅਸੀਂ ਹਰ ਜ਼ਬਾਨ ਦੀ ਜਗ੍ਹਾ ਅਸੀਂ ਉਰਦੂ ਹਿੰਦੀ ਦੋងਾਂ ਦੀ ਇੱਜ਼ਤ ਕਰਦੇ ਅਸੀਂ ਗ੍ਰੇਜ਼ੀ ਦੀ ਵੀ ਇੱਜ਼ਤ ਕਰਦੇ ਅਸੀਂ ਕਹਿੰਨੇ ਕਿ ਬੱਚਿਆਂ ਬਾਲਾਂ ਨੂੰ ਜਵਾਕਾਂ ਨੂੰ ਹਰ ਜ਼ਬਾਨ ਹਰ ਭਾਸ਼ਾ ਹਰ ਲੈਂਗੁਏਜ ਸਿਖਾਓ ਲੇਕਿਨ ਉਹਨਾਂ ਨੂੰ ਇਹ ਲੱਖਾ ਵੀ ਤੁਹਾਡੀ ਮਾਂ ਬੋਲੀ ਜਾਣ ਲੋ ਕੀ ਜ਼ਬਾਨ ਹੈ ਇਹ ਨਾ ਬੋਲੋ ਕਿਉਂ ਨਾ ਬੋਲੋ ਹੁਣ ਸਿੱਧੂ ਮੂਸੇਵਾਲੇ ਦਾ ਵੱਡਾ ਕਿਹੜਾ ਬ੍ਰਾਂਡ ਸੀ ਜਿਹੜਾ ਇੱਕ ਇੱਕ ਸ਼ੋਅ ਦਾ 3-3 ਕਰੋੜ ਲੈਂਦਾ ਸੀ ਤੇ ਜਿਹੜੇ ਇੱਕ ਇੱਕ ਸ਼ੋਅ ਦੇ ਕੋਈ 20-20 ਲੱਖ ਬੰਦਾ ਆਂਦਾ ਸੀ ਠੀਕ ਹੈ ਤਾਂ ਉਹ ਕਿੱਡੇ ਮਾਂ ਨਾਲ ਫਖਰ ਨਾਲ ਪੰਜਾਬੀ ਬੋਲਦਾ ਸੀ ਤੁਸੀਂ ਤਾਂ ਫੇਰ ਆ ਉਰਦੂ ਹਿੰਦੀ ਗਜ਼ਲਾਂ ਗਾਣ ਵਾਲੇ ਆ ਤੁਸੀਂ ਕੀ ਕਰਨਾ ਸੋ ਸਿੱਧੂ ਮੂਸੇਵਾਲਾ ਸਾਡੇ ਦਿਲਾਂ 'ਚ ਵਸਦਾ ਜੀ ਤੇ ਜਦ ਤੱਕ ਇਹ ਦੁਨੀਆ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਵੱਜਦਾ ਰਹੇਗਾ ਜਦ ਤੱਕ ਪੰਜਾਬ ਕਾਇਮ ਹੈ ਜਦ ਤੱਕ ਪੰਜਾਬੀ ਬੋਲੀ ਕਾਇਮ ਮੂਸੇਲਾ ਦਾ ਨਾਂ ਇਨਸ਼ਾ ਅੱਲਾਹ ਵਜੇਗਾ ਮੂਸੇਲਾ ਇੱਕ ਮੈਂ ਨਾ ਵੀ ਦਰਵੇਸ਼ ਸਿਫਤ ਇਨਸਾਨ ਸੀ ਮਾਂ ਬੋਲੀ ਪੰਜਾਬੀ ਦਾ ਦਰਦ ਰੱਖਣ ਵਾਲਾ ਆਪਣੀ ਧਰਤੀ ਦਾ ਦਰਦ ਰੱਖਣ ਵਾਲਾ ਆਪਣੀ ਲੋਕਾਂ ਦਾ ਦਰਦ ਰੱਖਣ ਵਾਲਾ ਇੱਕ ਫਰਿਸ਼ਤਾ ਸੀ ਇਨਸਾਨ ਸੀ ਜਿਹਦੇ ਤੇ ਰੱਬ ਨੇ ਸਾਰੀਆਂ ਖੂਬੀਆਂ ਦਿੱਤੀਆਂ ਸੀ ਬਹੁਤ ਵਧੀਆ ਮੁੰਡਾ ਸੀ ਸਾਡੀ ਮਾਂ ਬੋਲੀ ਪੰਜਾਬੀ ਲਿੰਦੇ ਪੰਜਾਬ ਚ ਜਿਹੜਾ ਆਸਾਨ ਕਰ ਗਿਆ ਨਾ ਅਸੀਂ ਸਾਰੀ ਉਮਰ ਨਹੀਂ ਭੁੱਲਾਗੇ ਤੇ ਦਿਲ ਦਾ ਨਹੀਂ ਮੜਾ ਤੇਰਾ ਸਿੱਧੂ ਮੂਸੇਲਾ ਬਸ ਦਾ ਰਹਿ ਪੰਜਾਬ ਲਿੰਦਾ ਚੜਦਾ ਪੰਜਾਬ